बीते दिनी फिलोर बाबा साहेब भीमराव अंबेडकर चौंक दे नजदीक एक तीन मंजिला इमारत दे थल्ले वाली दुकान दी एवन विच भयानक अग लग गई। इस मौके पत्रकारा नु जानकारी दिंदे हुए दुकानदार ने दस्या कि ओ हर रोज दी तरह अपनी दुकान बंद करके घर चले गए ते दूसरे दिन सवेरे 6 बजे दे करीब उना दी दुकान दे कोल रहंदे घर वालियां दा फोन आया कि तुहाडी दुकान विच धुआ निकल रहा ते जदों असी आके देखिया ता दुकान विच भयानक अग लगी हुई सी जिस दी सूचना असी फायर ब्रिगेड नू दित्ती ते फायर ब्रिगेड मौके ते पहुंच गई ते इस दी सूचना नाल ही थाना फिलोर नू दित्ती गई ते फिलोर तो भी मुलाजम मौके ते पहुंच गए ते फायर ब्रिगेड ने कड़ी मशक्कत तो बाद अग ते काबू पाया। इस मौके उना ने जानकारी दिन ਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਕਾਨ ਵਿੱਚ 2.5 ਤੋਂ 3 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ ਤੇ ਉਹਨਾਂ ਨੇ ਅੱਗ ਲੱਗਣ ਦਾ ਕਾਰਨ ਛੋਟ ਸਰਕਟ ਦੱਸਿਆ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਹੈ ਤੇ ਸਾਨੂੰ ਦੁਕਾਨਦਾਰ ਦਾ ਫੋਨ ਆਇਆ ਸੀ ਤੇ ਅਸੀਂ ਮੌਕੇ ਤੇ ਪਹੁੰਚ ਗਏ ਤੇ ਉੱਥੇ ਹੀ ਜਦੋਂ ਇਸ ਮਾਮਲੇ ਵਿੱਚ ਥਾਣਾ ਫਲੋਰ ਦੇ ਐਸਆਈ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਦੁਕਾਨ ਵਿੱਚ ਛੋਟ ਸਰਕਟ ਹੋਣ ਕਾਰਨ ਅੱਗ ਲੱਗੀ ਹੈ ਤੇ ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਤੇ ਉਹਨਾਂ ਨੇ ਦੱਸਿਆ ਕਿ ਦੁਕਾਨ ਮਾਲਕ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਸਹਾਇਤਾ ਦਿੱਤੀ ਜਾਵੇ ਤੇ ਉੱਥੇ ਹੀ ਖੜੇ ਉਸ ਬਿਲਡਿੰਗ ਦੇ ਮਾਲਕ ਰਵੀ ਗੌੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੋਂ 2 ਮਹੀਨੇ ਪਹਿਲਾਂ ਹੀ ਮੈਂ ਦੁਕਾਨ ਕਿਰਾਏ ਤੇ ਦਿੱਤੀ ਸੀ ਜਿਸ ਵਿੱਚ ਭਿਆਨਕ ਅੱਗ ਲੱਗ ਗਈ ਹੈ। ਬਰਵਿੰਦਰ ਸਿੰਘ ਭਾਜੀ ਮੌਕੇ ਤੇ ਪਹੁੰਚੇ ਤੇ ਫੇਰ ਅੱਗ ਬੁਝਾਈ ਭਾਜੀ ਤੇ ਨੁਕਸਾਨ ਕਾਫੀ ਹੋ ਗਿਆ ਭਾਜੀ। ਹਾਂਜੀ ਭਾਜੀ ਪਹੁੰਚ ਗਈ ਸੀਗੀ ਜੀ। ਨੁਕਸਾਨ ਭਾਜੀ 3 ਕੁ ਲੱਖ ਦਾ ਹੋ ਗਿਆ ਭਾਜੀ, 2.5 ਤੋਂ 3 ਲੱਖ ਦਾ ਹੋ ਗਿਆ। ਮਤਲਬ ਲੂਹ ਹੋ ਗਿਆ ਸਾਰਾ ਕੁਛ, ਲੱਕੜ ਵੀ ਲੂਹ ਹੋ ਗਈ, ਪਾਰਟੀਸ਼ਨ ਕੀਤੀ ਸੀਗੀ ਜੀ, ਤੇ ਦੂਜਾ ਏਸੀ 3 ਲੂਹ ਹੋ ਗਏ ਜੀ, ਹੋਰ ਵੀ ਕਈ ਚੀਜ਼ਾਂ ਲੂਹ ਹੋ ਗਿਆ ਜੀ, ਤਾਰਾਂ ਤੂਰਾਂ ਸਭ ਕੁਛ ਲੂਹ ਹੋ ਗਿਆ ਜੀ। ਓਕੇ ਭਾਈ, ਜਾਨੀ ਨੁਕਸਾਨ ਤੋਂ ਬਚਾਇਆ? ਨਹੀਂ ਬਚਾਇਆ। ਹਾਂਜੀ ਭਾਜੀ, ਜਾਨੀ ਨੁਕਸਾਨ ਜੀ। ਕਾਮਰੇਡ ਸਾਹਿਬ, ਇੱਕ ਡੀ ਹੈਵਨ ਨਾਂ ਦੀ ਦੁਕਾਨ ਆ, ਪਤਾ ਲੱਗਾ ਸਾਡੀ ਭਤੀਜੀ ਦੀ ਆ, ਸਾਨੂੰ ਫੋਨ ਗਿਆ ਗੁਆਂਢੀਆਂ ਦਾ, ਉਸੇ ਵੇਲੇ ਫਿਰ ਅਸੀਂ ਸਾਰਾ ਪਰਿਵਾਰ ਜਿਹੜੇ ਦੌੜੇ ਆ, ਫਿਰ ਕਾਮਰੇਡ ਜਰਨੈਲ ਨੂੰ ਫੋਨ ਕੀਤਾ ਤੇ ਫਿਰ ਫਾਇਰ ਬ੍ਰਿਗੇਡ ਜਿਹੜੀ ਫਿਰ ਆ ਗਈ ਤੇ ਨੁਕਸਾਨ ਜਿਹੜਾ ਸਾਡਾ 2.5 ਤੋਂ 3 ਲੱਖ ਦਾ ਨੁਕਸਾਨ ਹੋ ਗਿਆ। ਪ੍ਰਸ਼ਾਸਨ ਤੋਂ ਮੰਗ ਇਹੀ ਆ ਵੀ ਕਿਤੇ ਬਹੁਤ ਮਿਹਨਤ ਜਿਹੜਾ ਨਾ ਗਰੀਬ ਪਰਿਵਾਰ ਆ ਅਸੀਂ, ਵੀ ਕੋਈ ਨਾ ਕੋਈ ਸਰਕਾਰੀ ਸਹਾਇਤਾ ਜੇ ਕਿਤੇ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਆ, ਠੀਕ ਹੈ ਜੀ, ਹੋ ਜਾਵੇ ਸਰਕਾਰ ਤੋਂ ਮੰਗ ਕਰਦੇ। ਜਸਵਿੰਦਰ ਭਾਜੀ, ਇੱਕ ਤਾਜ ਹੋਟਲ ਦੇ ਕੋਲ ਡੀ ਹੈਵਨ ਕਰਕੇ ਦੁਕਾਨ ਆ, ਉੱਥੇ ਅੱਗ ਲੱਗ ਗਈ, ਤੁਸੀਂ ਮੌਕੇ ਤੇ ਪਹੁੰਚੇ ਆ, ਕੀ ਮਾਮਲਾ, ਕਿੰਨਾ ਨੁਕਸਾਨ? ਮੌਕੇ ਤੇ ਅਸੀਂ ਪਹੁੰਚੇ ਜੀ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਉਹਨਾਂ ਨੇ ਅੱਗ ਬੁਝਾ ਦਿੱਤੀ, ਅੱਗ 'ਤੇ ਕਾਬੂ ਪਾ ਲਿਆ, ਤਾਂ ਅੰਦਰ ਜਿਹੜੀ ਪਲਾਸਟਿਕ ਲੱਗੀ ਸੀਗੀ ਇਹਨਾਂ ਦੀ, ਉਹਨਾਂ ਦਾ ਨੁਕਸਾਨ ਹੈਗਾ ਆ ਦੁਕਾਨ ਦੇ, ਬਾਕੀ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ। ਨੁਕਸਾਨ ਹੁਣ ਇਹ ਦੱਸਣਗੇ ਵੀ ਕਿੰਨੇ ਕੁ ਅੰਦਰ ਜਿਹੜੀ ਲੱਗੀ ਹੁੰਦੀ ਆ ਆਪਣੀ ਫਾਈਬਰ ਵਗੈਰਾ ਉਹ ਸੜੀ ਹੈ, ਬਾਕੀ ਪਤਾ ਲੱਗਿਆ ਕਿੰਨਾ ਦੀ ਦੁਕਾਨ? ਇਹ ਦੁਕਾਨ ਅਮਨਦੀਪ ਕੌਰ ਦੇ ਨਾਂ 'ਤੇ ਕੁੜੀ ਚਲਾਉਂਦੀ ਆ, ਇਹ ਹੈਗੇ ਆ ਕਾਮਰੇਡ ਕੁਲਦੀਪ ਸਿੰਘ ਦੀ ਭਤੀਜੀ ਲਾਉਂਦੀ ਆ।